ਹਾਂਜੀ ਜੀ ਐਨਓ ਜੀ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਤੇ ਇਹ ਜਿਹੜਾ ਨੋਟਿਸ ਆ ਅੱਜ ਤਕਰੀਬਨ ਹਰ ਗਰੁੱਪ ਦੇ ਵਿੱਚ ਘੁੰਮ ਰਿਹਾ ਤੇ ਇਸ ਘੁੰਮਦੇ ਹੋਏ ਜਿਹੜੇ ਇਸ ਨੋਟਿਸ ਨੇ ਥੋੜਾ ਦਿਮਾਗ ਘੁਮਾਇਆ ਤੇ ਤੁਹਾਡੇ ਨਾਲ ਕੋਈ ਗੱਲ ਸਾਂਝੀ ਕਰਨੀ ਹੈ ਵੀ ਅਸਲੀ ਆ ਜਾਂ ਨਹੀਂ ਮਤਲਬ ਜੇ ਹੈ ਬੋਰਡ ਵੱਲੋਂ ਪਾਇਆ ਗਿਆ ਤਾਂ ਉਹਨਾਂ ਦੀ ਆਫੀਸ਼ੀਅਲੀ ਵੈਬਸਾਈਟ ਤੇ ਜ਼ਰੂਰ ਹੋਵੇਗਾ ਮੈਨੂੰ ਤਾਂ ਨਹੀਂ ਮਿਲਿਆ ਹੋ ਸਕਦਾ ਮੇਰੇ ਦੇਖਣ ਦੇ ਵਿੱਚ ਕਿਤੇ ਕਮੀ ਰਹੀ ਗਈ ਹੋਵੇ ਜੇ ਤੁਹਾਡੇ ਧਿਆਨ ਦੇ ਵਿੱਚ ਹੈ ਅੱਜ ਤੁਸੀਂ ਪਹਿਲੀ ਗੱਲ ਤਾਂ ਇਹਦੇ ਉੱਤੇ ਜਿਹੜੀ ਤਰੀਕ ਪਾਈ ਹੋਈ ਆ ਉਹ ਥੋੜਾ ਜਿਹਾ ਉਹੀ ਗੌਰ ਮੰਗਦੀ ਆ ਤੇ ਉਸ ਤੋਂ ਬਾਅਦ ਬਾਕੀ ਜੋ ਗੱਲਾਂ ਨਹੀਂ ਆ ਨੇ ਸਾਨੂੰ ਸਭ ਨੂੰ ਪਤਾ ਇਹਦੇ ਬਾਰੇ ਵੀ ਕੀ ਮਸਲਾ ਸਾਰੇ ਦਾ ਸਾਰਾ ਠੀਕ ਆ ਉਹ ਵਾਦੀ ਗੱਲ ਆ ਕਿ ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ ਪਰ ਅਸਲ ਦੇ ਵਿੱਚ ਇਹ ਗੱਲ ਆ ਕਿ ਸਾਡੇ ਕੋਲੇ ਮੈਸੇਜ ਆ ਗਿਆ ਤੇ ਅਸੀਂ ਫਟਾਫਟ ਬਾਕੀ ਗਰੁੱਪਾਂ ਦੇ ਵਿੱਚ ਪਾ ਦਿੰਨੇ ਆ ਤੇ ਬਸ ਬੇਨਤੀ ਆ ਮੇਰੀ ਕਿ ਜੇ ਕਿਸੇ ਕੋਲੇ ਦੱਸ ਆਫੀਸ਼ੀਅਲੀ ਲਿੰਕ ਹੈ ਕਿ ਕਿੱਥੋਂ ਆਇਆ ਤਾਂ ਜਰੂਰ ਉਹ ਕਮੈਂਟ ਕਰਕੇ ਦੱਸ ਦਿਓ ਹੇਠਾਂ ਉਹ ਲਿੰਕ ਦੇ ਦਿਓ ਤਾਂ ਕਿ ਸਾਰਿਆਂ ਦੀ ਸਹੂਲਤ ਲਈ ਆਪਾਂ ਵੀ ਅੱਗੇ ਦੱਸ ਸਕੀਏ ਮੈਨੂੰ ਥੋੜੀ ਜੀ ਦੁਚਿੱਤੀ ਦੇ ਵਿੱਚ ਸੀਗਾ ਮੈਸੇਜ ਕਰਕੇ ਵੀਡੀਓ ਦੇ ਰਹੀ ਗੱਲ ਕਰ ਰਹੀ ਹਾਂ ਕਿ ਜੇ ਕਿਸੇ ਕੋਲੇ ਆਫੀਸ਼ੀਅਲੀ ਲਿੰਕ ਹੈ ਜਾਂ ਫਿਰ ਆਫੀਸ਼ੀਅਲੀ ਉਹਨਾਂ ਨੇ ਆਪਣੇ ਕਿਸੇ ਗਰੁੱਪ ਦੇ ਵਿੱਚ ਪਾਇਆ ਹੋਵੇ ਕਿਸੇ ਕੋਲੇ ਪਹੁੰਚਿਆ ਹੋਵੇ ਉਸ ਤੋਂ ਅੱਗੇ ਵਾਇਰਲ ਹੋ ਗਿਆ ਹੋਵੇ ਕਿਉਂਕਿ ਜੇ ਅਸੀਂ ਕੋਈ ਸਰਕਾਰੀ ਇਸ ਤਰ੍ਹਾਂ ਦਾ ਨੋਟਿਸ ਆਇਆ ਜੋ ਵੀ ਆ ਜੇ ਸੁਣਿਓ ਵਾਇਰਲ ਕਰਦੇ ਆਂ ਤੇ ਉਹ ਅਸਲੀ ਨਹੀਂ ਹੁੰਦਾ ਤਾਂ ਉਹ ਵੀ ਇੱਕ ਤਰ੍ਹਾਂ ਦਾ ਸਿੰਘ ਹੈ ਕਾਨੂੰਨੀ ਕੰਮ ਕਰ ਰਹੇ ਆ 범 অপরাধ ਕਰ ਰਹੇ ਆ ਇਸ ਤਰ੍ਹਾਂ ਨਹੀਂ ਗੱਲਾਂ ਤੋਂ ਬਚਨ ਦਾ ਲਾਜ਼ਮੀ ਆ ਪਰ ਜੇ ਸਹੀ ਆ ਮੈਂ ਗਲਤ ਸਹੀ ਦੂੰ ਮੈਂ ਕੁਝ ਹੀ ਨਹੀਂ ਕਹਿ ਰਿਹਾ ਜੇ ਸਹੀ ਆ ਤਾਂ ਜ਼ਰੂਰ ਕਿਰਪਾ ਕਰਕੇ ਉਹ ਲਿੰਕ ਦੇ ਦਿਓ ਸਿਰਫ ਲਿੰਕ ਲਈ ਵੀਡੀਓ ਬਣਾਈ ਆ ਮੈਂ ਕਿ ਉਹ ਲਿੰਕ ਜ਼ਰੂਰ ਮਿਲ ਜੇ ਜਿੱਥੇ ਇਹ ਅਪਲੋਡ ਕੀਤਾ ਗਿਆ ਜਿੱਥੋਂ ਆਪਾਂ ਇਹਨੂੰ ਡਾਊਨਲੋਡ ਕਰ ਸਕਦੇ ਆ ਆਫੀਸ਼ੀਅਲੀ ਲਿੰਕ ਹੋਵੇ ਤਾਂ ਜੋ ਆਪਣੀ ਮਨ ਦੇ ਵਿੱਚ ਉਲਝਣ ਉਹ ਵੀ ਆਪਾਂ ਤਸल्ली ਕਰ ਸਕੀ ਕਿਉਂਕਿ ਫਿਰ ਇਸ ਤੋਂ ਅਗਲਾ ਐਕਸ਼ਨ ਲਿਆ ਜਾ ਸਕਦਾਗਾ ਇਰਾਗ ਲੈ ਕੇ ਸੋਣ ਲੈਣਾ ਆਪਾਂ ਕਿਰਪਾ ਕਰਕੇ ਜਰੂਰ ਇਨਿਕ ਧਿਆਨ ਦੇ ਵਿੱਚ ਲੈ ਕੇ ਆਉਂ ਗੱਲ ਜੇ ਤੁਹਾਡੇ ਧਿਆਨ ਦੇ ਵਿੱਚ ਹੈ ਜੀ ਧੰਨਵਾਦ